हाँ जी, सो आपां तुहानूं मिलांदे आं संदीज रीडिंग क्लब दे नाल। सो फर्स्टली मैं तुहानूं इंट्रोड्यूस करवाना चाहवांगी कि संदीज रीडिंग क्लब है की। देखो फर्स्टली इत्थे साडे कोल लाइब्रेरी दी फैसिलिटी है, जिवें कि तुहानूं पता ही है कि अपने सिटी दे विच एंड अपने स्टेट दे विच बहुत सारी लाइब्रेरीज ने, राइट। सो फर्स्टली आपां गल करदे कि साडे कोल अगर ये फैसिलिटी है तां इसदे विच की फायदे की होणगे, तुहानूं की अलग चीज़ तुहानूं मिलणगी। जिवें कि तुसीं साडे देख सकदे हो कि ये साडी लाइब्रेरी है। सो इहदे विच तुसीं की कर सकदे हो, इहदे विच तुसीं बिल्कुल पर्सनली एंड इंडिविजुअली बैठ के पढ़ सकदे हो, बिल्कुल पर्सनल अटेंशन दे नाल प्लस इंडिविजुअल अटेंशन दे नाल, राइट। ਇਹ ਲਾਇਬ੍ਰੇਰੀ ਤੁਸੀਂ 24x7 ਜਿਹੜਾ ਹੈਗਾ ਤੁਸੀਂ ਆਪਣੀ ਇਸ ਲਾਇਬ੍ਰੇਰੀ ਦਾ ਯੂਜ਼ ਕਰ ਸਕਦੇ ਹੋ, ਠੀਕ ਹੈ। ਇਸ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ। ਫੋਰ ਇਗਜ਼ਾਮਪਲ, ਇੱਥੇ ਤੁਹਾਨੂੰ ਡਾਇਨਿੰਗ ਏਰੀਆ ਮਿਲੇਗਾ। ਅਗਰ ਤੁਸੀਂ ਚਾਹੋਗੇ ਕਿ ਅਸੀਂ ਇੱਥੇ ਬੈਠ ਕੇ ਕੁਝ ਖਾਣਾ ਚਾਹੁੰਦੇ ਹਾਂ, ਕੁਝ ਵੀ ਕਰਨਾ ਚਾਹੁੰਦੇ ਹਾਂ ਫੋਰ ਰਿਫਰੈਸ਼ਮੈਂਟ ਐਂਡ ਆਲ, ਸੋ ਤੁਸੀਂ ਸਾਡਾ ਜਿਹੜਾ ਡਾਇਨਿੰਗ ਏਰੀਆ ਇਸ ਦੀ ਤੁਸੀਂ ਯੂਜੇਜ ਵੀ ਕਰ ਸਕਦੇ ਹੋ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਇੱਥੇ ਰਿਲੈਕਸੇਸ਼ਨ ਰੂਮ ਦੀ ਜਿਹੜੀ ਫੈਸਿਲਿਟੀ ਆ ਪ੍ਰੋਵਾਈਡ ਹੋਏਗੀ। ਫੋਰ ਇਗਜ਼ਾਮਪਲ, ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ 9 to 10 hours ਰੈਗੂਲਰ ਬੈਠ ਕੇ ਇਸ ਲਾਇਬ੍ਰੇਰੀ ਦੇ ਵਿੱਚ ਪੜ੍ਹਾਂ, ਤਾਂ ਨੋ ਡਾਊਟ ਆਪਾਂ ਕਈ ਵਾਰੀ ਬਹੁਤ ਜ਼ਿਆਦਾ ਹੈ ਨਾ ਟਾਇਰਡ ਫੀਲ ਕਰਦੇ ਹਾਂ, ਰਾਈਟ। ਤੋ ਸਮਟਾਈਮ ਆਪਾਂ ਨੂੰ ਲੱਗਦਾ ਕਿ ਥੋੜ੍ਹੀ ਰਿਲੈਕਸੇਸ਼ਨ ਦੇ ਲਈ ਸਾਨੂੰ ਥੋੜ੍ਹਾ ਰੈਸਟ ਲੈਣਾ ਚਾਹੀਦਾ ਹੈ। ਅਗਰ ਆਪਣਾ ਜਿਹੜਾ ਘਰ ਹੈ ਉਹ ਥੋੜ੍ਹਾ ਜ਼ਿਆਦਾ ਹੈ, ਡਿਸਟੈਂਸ ਕਾਫੀ ਹੈ, ਤਾਂ ਆਪਾਂ ਇੱਥੇ ਰਿਲੈਕਸ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਹੀ ਸਕਦੇ ਹੋ, ਆਪਣੇ ਕੋਲ ਬਹੁਤ ਹੀ ਅੱਛੀ ਫੈਸਿਲਿਟੀ ਹੈ ਜਿਹੜੀ ਰਿਲੈਕਸੇਸ਼ਨ ਦੇ ਲਈ ਅਵੇਲੇਬਲ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਜੀ, ਇੱਥੇ ਸਾਡੇ ਕੋਲ ਮੀਲਸ ਦੀ ਪ੍ਰੋਪਰ ਹੈਗੀ ਹੈ, ਪ੍ਰੋਪਰ ਡਾਇਟ ਦੇ ਅਕੋਰਡਿੰਗਲੀ ਐਂਡ ਥੋੜ੍ਹੀ ਟੇਸਟ ਦੇ ਅਕੋਰਡਿੰਗਲੀ ਵੀ, ਲਾਈਕ ਮੈਗੀ, ਪਾਸਤਾ ਐਂਡ ਆਲ, ਇਹ ਵੀ ਤੁਸੀਂ ਇੰਜੋਏ ਕਰ ਸਕਦੇ ਹੋ, ਠੀਕ ਹੈ। ਸਟੱਡੀ ਦੇ ਨਾਲ ਨਾਲ ਤੁਹਾਨੂੰ ਇਹ ਸਾਰੀ ਫੈਸਿਲਿਟੀਜ਼ ਮਿਲ ਰਹੀਆਂ ਨੇ, ਕਿ ਨੋਟ ਡਾਊਨ ਪਲੀਜ਼, ਰਾਈਟ। ਤਾਂ ਨੈਕਸਟ ਇਜ਼ ਆਪਣੇ ਕੋਲ ਇਹ ਫੈਸਿਲਿਟੀ ਵੀ ਹੈ ਫਿਟਨੈਸ ਦੇ ਲਈ, ਠੀਕ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਹ ਵੀ ਆਪਣੇ ਨਾਲ ਹੀ ਐਡ ਆਨ ਕਰਾਵਾਂ, ਲਾਈਕ ਸਟੱਡੀ ਦੇ ਨਾਲ ਮੈਨੂੰ ਆਪਣੀ ਫਿਟਨੈਸ ਦਾ ਵੀ ਧਿਆਨ ਰੱਖਣਾ ਹੈ, ਤਾਂ ਤੁਸੀਂ ਇਹ ਫੈਸਿਲਿਟੀ ਵੀ ਸਾਡੀ ਲੈ ਸਕਦੇ ਹੋ। ਬਟ ਡੋਂਟ ਵਰੀ, ਅਗਰ ਤੁਸੀਂ ਨਹੀਂ ਵੀ ਚਾਹੁੰਦੇ ਇਹ ਫੈਸਿਲਿਟੀ, ਦੈਨ ਤੁਸੀਂ ਇਸ ਨੂੰ ਇਕੱਠ ਵੀ ਕਰ ਸਕਦੇ ਹੋ, ਇਟਸ ਟੋਟਲੀ ਡਿਪੈਂਡ ਔਨ ਯੂ, ਰਾਈਟ। ਸੋ ਅੱਗੇ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਆਪਣੇ ਕੋਲ ਗੇਮਾਂ ਲਈ, ਗੇਮਸ ਵਗੈਰਾ ਲਈ ਵੀ ਬਹੁਤ ਫੈਸਿਲਿਟੀਜ਼ ਨੇ, ਲਾਈਕ ਕੈਰਮ ਬੋਰਡ ਹੈ, ਜਿਵੇਂ ਇਨਡੋਰ ਫੈਸਿਲਿਟੀਜ਼ ਹੈ ਆਪਣੀ, ਕੈਰਮ ਬੋਰਡ ਹੋ ਗਿਆ, ਚੈਸ ਹੋ ਗਿਆ, ਠੀਕ ਹੈ। ਇਸ ਤੋਂ ਇਲਾਵਾ ਜਿਵੇਂ ਸਾਡਾ ਬੈਡਮਿੰਟਨ ਦਾ ਬਣਿਆ ਹੋਇਆ, ਸਪੈਸ਼ਲੀ ਤੁਸੀਂ ਦੇਖ ਸਕਦੇ ਹੋ, ਇਹ ਸਾਡਾ ਬੈਡਮਿੰਟਨ ਦਾ ਕੋਚ ਹੈ ਜਿਹੜਾ ਪ੍ਰੋਪਰ ਇਹ ਸਾਰਾ ਸੈਟਅਪ ਸਾਡਾ ਉੱਥੇ ਹੋਇਆ ਪਿਆ, ਠੀਕ ਹੈ ਜੀ। ਅਗਰ ਤੁਹਾਨੂੰ ਲੱਗਦਾ ਕਿ ਮੈਂ ਕੰਪਿਊਟਰ ਦੀ ਯੂਜੇਜ ਕਰਨਾ, ਮੈਂ ਕੋਈ ਆਨਲਾਈਨ ਟੈਸਟ ਲੈਣਾ, ਕੁਛ ਵੀ ਲੱਗਦਾ, ਤਾਂ ਤੁਸੀਂ ਸਾਨੂੰ ਕੰਪਿਊਟਰ ਦਾ ਵੀ ਜਿਹੜਾ ਯੂਜ਼ ਹੈ ਤੁਸੀਂ ਕਰ ਸਕਦੇ ਹੋ ਖੁਦ ਬੈਠ ਕੇ, ਠੀਕ ਹੈ ਜੀ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ, ਪ੍ਰੋਪਰ ਤੁਹਾਡੇ ਕੋਲ ਗੇਮਸ ਵਗੈਰਾ ਲਈ ਸਭ ਕੁਛ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਗਲੀ ਆਪਣੀ ਨੈਕਸਟ ਮੰਥ ਤੋਂ ਸਰਦੀਆਂ, ਵਿੰਟਰ ਆਪਣੀ ਸਟਾਰਟ ਹੋ ਜਾਣਗੀਆਂ, ਵਿੰਟਰ, ਰਾਈਟ। ਸੋ ਉਸਦੇ ਵਿੱਚ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਹਾਂ ਜੀ, ਬਾਹਰ ਬਹੁਤ ਧੁੱਪ ਹੈ, ਅਸੀਂ ਧੁੱਪ ਦਾ ਨਜ਼ਾਰਾ ਲੈਂਦੇ ਹੋਏ ਪੜ੍ਹਨਾ ਚਾਹੁੰਦੇ ਹਾਂ, ਰਾਈਟ। ਅੰਦਰ ਕਈ ਵਾਰੀ ਠੰਡ ਮਹਿਸੂਸ ਹੁੰਦੀ ਹੈ, ਤਾਂ ਤੁਸੀਂ ਉਹ ਵੀ ਬਹੁਤ ਈਜ਼ੀਲੀ ਬਾਹਰ ਬੈਠ ਕੇ ਪੜ੍ਹ ਸਕਦੇ ਹੋ, ਧੁੱਪ ਦੇ ਵਿੱਚ ਵੀ, ਓਪਨ ਏਅਰ ਵੀ ਪੂਰਾ ਤੁਸੀਂ ਆਪਣਾ ਜਿਹੜਾ ਬੈਨੀਫਿਟ ਆ ਉਹ ਲੈ ਸਕਦੇ ਹੋ, ਰਾਈਟ। ਠੀਕ ਹੈ ਜੀ, ਇਹ ਦੇਖੋ ਜੀ, ਜਿਵੇਂ ਸਾਡਾ ਚੈਸ ਦਾ ਹੈਗਾ, ਪ੍ਰੋਪਰ ਫੈਸਿਲਿਟੀਜ਼ ਹੈ। ਸੋ ਇਸ ਤਰੀਕੇ ਨਾਲ ਸਾਡੀ ਇਹ ਸਾਰੀ ਫੈਸਿਲਿਟੀਜ਼ ਇਸ ਲਾਇਬ੍ਰੇਰੀ ਦੇ ਵਿੱਚ ਅਵੇਲੇਬਲ ਨੇ। ਸੋ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹ ਫੈਸਿਲਿਟੀਜ਼ ਦਾ ਬੈਨੀਫਿਟ ਰਹਿਣਾ ਚਾਹੀਦਾ ਹੈ ਆਪਣੀ ਸਿਟੀ ਦੇ ਵਿੱਚ ਰਹਿੰਦੇ ਹੋਏ, ਯੈਨ ਫੀਲ ਫਰੀ ਟੂ ਕਮ ਅਸ। ਥੈਂਕ ਯੂ। ਰਿਕਾਰਡ ਹੋਇਆ।